हाँ जी सत श्रीकाल जी, मैं ढेर अपना गोपी कापड़ गड्डी वाला। वो सर तुम कैम हो गए अज हैगा होला महला, होला महला साहब। तो अब वेखा होला महला साहब इतने मैं पहली बार वेखन लगा सचखंड श्री हजूर साहब। इतने बहने होला महला कि मनाते हैं, तो ना मैं पाया जी चिट्टा करदा केंद्र ना पायो होली होली लग जाने। मैं कोई नहीं क्या मेरे चाचा जी कितने आ भी चलिया जो होला महला वेखन है ना भी। मामा जी हम तीन दसो मामा दस कहें नहीं दस मैं की लाया दस वट इज प्रॉब्लम मेरी जान है मामा मामे नाल जाया करना तू चलता काम ते राक्षस बनाउंदे फिल्मां ने राक्षस बन दियां नहीं है। अच्छा इहनू पुच्छा नहीं लग दे खड़ते ते सूर सार विखा इहनू बनाउंदे आ बड़े बड़े अपना बड़े हस्से लाउंदा। अच्छा जी हां जी इधर बहू चाहिए बड़ा जी लिफ्ट है बहुत ज्यादा संगत बहुत ज्यादा करके पौड़ियाँ उतरते चढ़ते हैं बड़ा खल लत्तां खलियाँ पै गई है ना भी चली दे मत्था टेक जाते हैं जी जी असं मत्था टेक जा रहे हैं। मामा जी पिछे नहीं मामा तेरे नाल है दस अगे लामा दवाया दस मैं तेन कौन आंदा मामा काम करता मारा मैं कख नहीं किया। अच्छा देर वो हाथ ना कह दा मैनू मैं थोड़ा पम्मे जाके फोन किया रहा मैं तो किया नहीं मैं तो कहता मैं मामा मां नहीं मामा ने नहीं पुछा अच्छा ठीक है सारा समान जो चावल लंगरा बहुत तगड़ा बहुत ज़्यादा ही तगड़ा लंगर है। कारण साढ़े बाहर नहीं निकलते साढ़े सीधे व्यापारी नू चल जाते हैं। हाँ जी जी असं हम चले लंगर खाना जो संग मेरा पूरा बह गया पानी नहीं सही सूट नहीं किया बहुत मंदा लिया बहुत ज़्यादा जिन हद तो वह बहुत मंदा लिया चौल देसी चावल सही हूं फिर बनी ढा के पग खालसा राज होली
ਹੈਪੀ ਹੋਲੀ ਹੋਲਾ ਮਹੱਲਾ ਜੀ ਸਾਰਿਆਂ ਨੂੰ ਹੈਪੀ ਹੋਲੀ ਮੇਰੇ ਹੋਲਾ ਮਹੱਲਾ ਜੋਰ ਚੱਲ ਰਿਹਾ ਪਗੜੀ ਮੈਂ ਦੰਦ ਮਾਲਤਾ ਸੰਗਤਾਂ ਨੇ ਹੋਲਾ ਮਹੱਲਾ ਸਹੀ ਸਾਰਿਆਂ ਨੂੰ ਹੋਲੇ ਮਹੱਲੇ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਜਣੇ ਖੁਸ਼ ਰਹੋ ਹੋਲਾ ਮਹੱਲਾ ਵੇਖੋ ਜੀ ਵੇਖੋ ਕਿ ਅਸੀਂ ਹੁਣ ਸੇਵਾ ਕਰਨ ਗਏ ਆਲੂ ਵੀ ਸਾਰੇ ਸੰਗਤ ਸੇਵਾ ਦੀ ਗੱਲ ਆਪਾਂ ਵੀ ਕਰਾਂਗੇ ਸੇਵਾ ਸੇਵਾ ਦੀ ਸਾਨੂੰ ਸਾਰੇ ਪਾਸੇ ਗੁਰੂ ਘਰ ਕੀ ਹੈ ਜੀ ਇਹਦਾ ਕੀ ਇਤਿਹਾਸ ਹੈ ਨਹੀਂ ਕੋਈ ਨਹੀਂ ਨਾ ਕੋਈ ਨਾ ਕੋਈ ਕਿਹੜਾ ਇਲਾਕਾ ਵੈਗਰੂ ਅੰਮ੍ਰਿਤਸਰ ਵੈਗਰੂ ਜੀ ਕਦੋਂ ਦੇ ਆ ਰਹੇ ਆ ਇਹ ਘੰਟਾ ਹੋ ਗਿਆ ਇਹਨਾਂ ਨੂੰ ਨਹੀਂ ਨਹੀਂ ਕਿੰਨੇ ਚਿਰ ਤੋਂ ਆ ਰਹੇ ਆ ਪੁਰਾਣਾ ਇਹ ਪੁਰਾਣੇ ਦਾ ਯਾਦ ਕਰ ਅੱਛਾ ਉਦੋਂ ਦੇ ਨੇ ਜੀ ਅੱਛਾ ਹਾਂਜੀ ਇਹਨਾਂ ਦੇ ਵੇਲੇ ਦੇ ਆ ਹਾਂ ਜੀ ਵੱਡੇ ਬਜ਼ੁਰਗ ਇਹਨਾਂ ਦੇ ਉਦੋਂ ਦੀ ਇਹੀ ਮਰਿਆਦਾ ਚੱਲ ਰਹੀ ਹੈ ਠੀਕ ਹੈ ਹਾਂਜੀ ਅੱਛਾ ਆ ਜੀ ਹਾਂਜੀ ਜੀ ਤੇ ਅਸੀਂ ਹੋ ਗਏ ਤਿਆਰ ਮੈਂ ਕੱਪੜੇ ਚੇਂਜ ਕਰ ਲਏ ਹੋਲੇ ਮਹੱਲਾ ਤਾਂ ਕਿ ਮੈਂ ਥੋੜ੍ਹੇ ਕੱਪੜੇ ਚੇਂਜ ਕੀਤੇ ਆ ਅਤੇ ਚਿੱਟਾ ਕੁੜਤਾ ਮੈਂ ਰੱਖ ਦਿੱਤਾ ਬੈਗ 'ਚ ਬਟ ਹੁਣ ਸਵੇਰੇ ਚੱਲ ਜਾਣਾ ਤਾਂ ਅਤੇ ਖਾਂਸੀ ਬਹੁਤ ਆਉਂਦੀ ਬਹੁਤ ਮੰਦਾ ਹੋਇਆ ਪਾਣੀ ਵੀ ਮੇਰੇ ਹਿਸਾਬ ਨਾਲ ਸਹੀ ਨਹੀਂ ਇੱਥੋਂ ਲੱਗਦਾ ਪਾਣੀ ਕੀ ਚੱਕਰ ਚਲੋ ਸਵੇਰੇ 9:30 ਤੁਰ ਪੈਣਾ ਅਤੇ ਪਰਸੋਂ 11:30 ਪਹੁੰਚਣਾ ਪਿੰਡ ਪਰਸੋਂ ਲੰਮਾ ਬੜਾ ਸਫ਼ਰ ਕੀ ਕਰੀਏ ਅਤੇ ਹੋਰ ਸੁਣਾਓ ਸਾਰੇ ਮੌਸਮ ਦੇਖੋ ਕਿੱਡਾ ਸੁਣਾ ਪਰ ਇੱਕ ਇੱਥੋਂ ਦੀ ਇੱਕ ਗੱਲ ਬੜੀ ਵਧੀਆ ਇੱਥੋਂ ਪ੍ਰਦੂਸ਼ਣ ਨਹੀਂ ਹੋਇਆ ਅਤੇ ਅਗਲੇ ਕਿੰਨੇ ਆਏ ਆ ਟਰੱਕ ਕਿੰਨੇ ਆਏ ਆ ਹਾਂ ਕਿੰਨੀ ਸੰਗਤ ਆਈ ਅਗਲੇ ਟਰੱਕਾਂ 'ਤੇ ਸਹੀ ਗੱਲ ਬਹੁਤ ਸੰਗਤ ਆਈ ਹੈ ਅਤੇ ਸਾਰੇ ਜਣੇ ਬਸ ਇੰਨਾ ਕੁ ਧਿਆਨ ਰੱਖੋ ਜਿਹਨੂੰ ਵੀ ਤੁਸੀਂ ਆਉਣਾ ਅਤੇ ਆਪਣਾ ਬੰਦੋਬਸਤ ਕਰਕੇ ਆਉਣਾ ਠੀਕ ਆ ਅਤੇ ਜਦੋਂ ਇੱਥੇ ਆਉਣਾ PSC ਵਾਲੀਆਂ ਲੈ ਕੇ ਟਿਕਟਾਂ ਬੁੱਕ ਕਰਾ ਕੇ ਫਿਰ ਆਉਣਾ ਉੱਦਾਂ ਆਏ ਉੱਦਾਂ ਬਹੁਤ ਮੰਦਾ ਲਿਆ ਉੱਦਾਂ ਸੌਣ 'ਚ ਬਹੁਤ ਵੀ ਔਖਾ ਲੱਗਦਾ ਕਦੀ ਉੱਥੋਂ ਵਾਲੇ ਲੋਕ ਭਈਏ ਭੂਏ ਆ ਜਾਂਦੇ ਆ ਟ੍ਰੇਨ 'ਚ ਬੜਾ ਔਖਾ ਹੁੰਦਾ ਚਲੋ ਜਦੋਂ ਅਸੀਂ ਅਗਲੀ ਵਾਰੀ ਪੂਰੀਆਂ ਟਿਕਟਾਂ ਬੁੱਕ ਕਰਾ ਕੇ ਫਿਰ ਆਵਾਂਗੇ ਹਾਂਜੀ ਜੀ ਅਸੀਂ ਹੁਣ ਇੱਥੋਂ ਤੁਰ ਪਏ ਹਾਂ ਰੂਮ 'ਚੋਂ ਚੱਲੇ ਹਾਂ ਅਸੀਂ ਜਾਣਾ ਮਾਮਾ ਜੀ ਚਾਚਾ ਜੀ ਦੇਖਾਂ ਆ ਜਾਓ ਚੱਲੇ ਅਸੀਂ ਮਹੱਲਾ ਸਭ ਤੋਂ ਥੋੜ੍ਹਾ ਬਹੁਤਾ ਸਮਾਨ ਲੈਣ ਵੀ ਜਾਣਾ ਜੇ ਵੀ ਜਿੱਦਾਂ ਪ੍ਰਸ਼ਾਦ ਵੀ ਲੈਣ ਜਾਣਾ ਠੀਕ ਆ ਮਾਮਾ ਜੀ ਕਿਹਨੂੰ ਮੈਨੂੰ ਥੋੜ੍ਹਾ ਸੰਗ ਆਉਂਦੀ ਆ ਮਾਮਾ ਜੀ ਮੈਂ ਲਾਵਾਂ ਫੋਨ ਅੱਜ ਫਿਰ ਲਿਫਟ ਬੰਦ ਉੱਪਰ ਥੱਲੇ ਮੇਰਾ ਔਖਾ ਹੈ ਜਿਹੜਾ ਮੈਂ ਉਹਨੂੰ ਪੌੜੀਆਂ 'ਤੇ ਆਉਂਦਾ ਔਖਾ ਚਲੋ ਮਾਮਾ ਜੀ ਚਲੇ ਗਏ ਤੁਰਿਆ ਨਹੀਂ ਲੱਗਦਾ ਮੈਂ ਤੇ ਚਾਚਾ ਜੀ ਹੁਣ ਕੀ ਮੈਂ ਭੇਜਾਂ ਹੋਲਾ ਮਹੱਲਾ ਆਪਾਂ ਦੇਖਿਆ ਬਟ ਅੱਜ ਮੇਰਾ ਸਰੀਰ ਨਹੀਂ ਠੀਕ ਹੈਗਾ
ਹਣਾ ਚਾਈ ਤਾਂ ਹੁਣ ਅਸੀਂ ਖੇਡਣ ਲੱਗੇ ਹੋਲਾ ਹੋਲਾ ਮੱਲਾ ਹਾਂ ਠੀਕ ਹੈ ਚਾਹ ਪੀ ਕੇ ਫਿਰ ਉਹ ਹੋਲਾ ਮੱਲਾ ਪੀ ਗਏ ਰੰਗ ਲਾਉਣਾ ਕਿਤੇ ਜੇ ਹਾਂ ਹੋਲਾ ਮੱਲ ਕੇ ਜੀ ਤੁਸੀਂ ਖੇਡਣਾ ਤੇ ਆ ਜਾਓ ਆ ਜਾ ਸਾਰੇ ਨੇ ਖੇਡ ਕੇ ਹੋਲਾ ਮੱਲਾ ਨਾਲੇ ਕਰਦੇ ਆ ਕਿ ਦਰਸ਼ਨ ਜਿਹੜੇ ਵਿਚਾਰੇ ਬਾਹਰ ਬੈਠੇ ਵਿਚਾਰੇ ਉਹਨਾਂ ਨੂੰ ਹਾਂਜੀ ਜੀ ਕਿ ਜਿਹੜੇ ਲੋਕ ਮੇਰੇ ਭੈਣਾਂ ਮੇਰੇ ਵੀਰ ਭਰਾ ਜਿਹੜੇ ਬਾਹਰ ਬੈਠੇ ਆ ਉਹਨਾਂ ਵੱਲੋਂ ਮੇਰੇ ਵੱਲੋਂ ਅਤੇ ਹੋਲੇ ਮਹੱਲੇ ਵਧਾਈ ਹੋਵੇ ਅਤੇ ਰੱਬ ਉਹਨਾਂ ਨੂੰ ਕੁਛ ਖੁਸ਼ ਵੀ ਰਹੇ ਸਾਰੇ ਅਤੇ ਆਪਾਂ ਚਲੋ ਮੇਲੇ ਦੇ ਦੇ ਹਾਂ ਅਤੇ ਦਰਸ਼ਨ ਕਰਾਂ ਮਾਮਾ ਹੋਣੀ ਚਾਚਾ ਜੀ ਸਾਰੇ ਬੈਠੇ ਚੋ ਚਾਹ ਬੜੀ ਠੀਕ ਹੁੰਦੀ ਲੰਗਰ ਮਾਮਾ ਬਹੁਤ ਜ਼ਿਆਦਾ
हाँ जी जी असी हम मत टेक लिया तो असी हम जाए अपने रूम च जाके थोड़ा बहुत समान जो भी है प्रसाद लैन वाला वो लैके फिर अपने रूम च जाऊंगे। कल साढ़े 9 बजे च पावे चलने अमृतसर ये क्या है आहो लेना मामा वो आंसर ए कितने का है 40 मामा लेने पर 40 का पर मामा 10 का पार्टी प्रॉब्लम वाइट हूं चल मामे साडे नु मामे नु आके भी मैं ले पैसे ले ला पम्मे फेस कर चल गा ते ओनु जा छड़ गया इ इदा ही दे टाइम लोणा दे जा छड़ गया मामे नु मैंना चाचे ने बड़ा कुछ दे खरीदन की लेना पर्स नहीं आंदा पसंद इनन नु हणा आ यार ਨਹੀਂ ਖਰੀਦਣ ਪਰਸਨ ਨਹੀਂ ਪਸੰਦ ਆਉਂਦਿਆ ਅਤੇ ਮੇਰੀ ਛੋਟੀ ਭੈਣ ਵਾਸਤੇ ਨਾ ਮੇਰੀ ਭੈਣ ਕਹਿੰਦਾ ਮੇਰੀ ਭਤੀਜੀ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਵੀ ਇਹ 100 ਦੇ 120 ਦੇ ਲਾ ਲਓ ਪਰ ਇਹ ਮੰਨਣਾ ਨਹੀਂ ਦੇ ਮੰਨ ਗਏ ਇੱਕ ਆਇਆ ₹300 9 ਵਜੇ ਚਾਲੇ ਪਾ ਰਹੇ ਆ ਅੰਮ੍ਰਿਤਸਰ ਨੂੰ ਠੀਕ ਹੈ ਠੀਕ ਹੈ ਪੱਕਾ ਜਾਵਾਂ ਫਿਰ ਪੌੜੀਆਂ ਚੜ੍ਹਨੀਆਂ ਪੈਣ ਲੱਗੀਆਂ ਬੜਾ ਔਖਾ ਪੌੜੀ ਸਾਰਾ ਥੱਕ ਗਈਦਾ ਪੌੜੀ ਚੜ੍ਹ ਚੜ੍ਹ ਕੇ ਹੈ ਨਾ ਪੌੜੀਆਂ ਚੜ੍ਹ ਚੜ੍ਹ ਕੇ ਬੰਦਾ ਥੱਕ ਜਾਂਦਾ ਕੀ ਕਰੇ ਬੰਦਾ ਕੀ ਕਰੇ ਨਾ ਕੀ ਨਾ ਥੱਕ ਜਾਂਦਾ ਬੰਦਾ ਯਾਰ ਜਿੱਦਾਂ ਸੌ ਜਾਈ ਆਸ ਹੋਰ ਨਾ ਕੁਛ ਕਰੇ ਹੁਣ ਕੰਮ ਕਰੇ ਸੌਣ ਲੱਗਿਆ ਮੈਂ ਤੇ ਹਾਏ ਮਾਮਾ ਥੱਕ ਗਿਆ ਮੈਂ ਤੇ ਮਾਮਾ ਵਿਚਾਰਾ ਕੀ ਧਰਨਾ ਵਿਚਾਰਾ ਮਾਮਾ ਹਾਂ ਬਾਈ ਹਾਂ ਲੱਜਾ ਟੋਫੀ ਬਣ ਗਿਆ ਲੱਜਾ ਦੇ ਘਰ ਨਹੀਂ ਹੈਗਾ ਕਿੱਦਾਂ ਜਾਂਦੇ ਮਾਮਾ ਜਰਾ ਨੰਗੇ ਪੈਰਾਂ ਧਾਨਾ ਚਲਾ ਮਾਮਾ ਇਹ ਹਰ ਸਾਲ ਆਉਂਦਾ ਜ਼ਰੂਰ ਚਾਹੀਦਾ ਵੀ ਪੰਗਾ ਪੈ ਗਿਆ ਆ ਜਿਹੜੇ ਸਾਡੇ ਸਾਥੀ ਉਹ ਤਾਲਾ ਮਾਰ ਕੇ ਚੜ੍ਹ ਗਏ ਹੁਣ 5 ਮੰਜ਼ਿਲ 'ਤੇ ਬੀਹ ਤੋਂ ਨਹੀਂ ਜਾਣਾ ਪੈਣਾ ਪਤਾ ਨਹੀਂ ਲੱਗਾ ਵੀ ਹੈ ਕਿੱਥੇ ਪਤਾ ਨਹੀਂ ਹੈ ਕਿੱਥੇ ਨਹੀਂ ਫਿਰ ਜਾਣਾ ਪੈਣਾ ਜਾਂ ਉਹ ਦੇਣ ਆਉਣਗੇ ਚਾਬੀ ਹੁਣ ਫਿਰ ਮੈਨੂੰ ਜਾਣਾ ਪੈਣਾ ਥੱਲੇ ਚਾਬੀ ਲੈਣ ਵਾਸਤੇ 5ਵੀਂ ਮੰਜ਼ਿਲ ਤੋਂ ਨੀਚੇ ਮੰਜ਼ਿਲ ਦੇ ਫਸਟ ਬੇਚਾਰੇ ਜਿਹੜੇ ਪੌੜੀਆਂ ਦੇ ਉੱਤੇ ਖੜ੍ਹੇ ਨੇ ਤਾਨਾ ਬੇਚਾਰੇ ਸੁੱਖ ਸ਼ਾਂਤੀ ਬਖਸ਼ੇ ਫਿਰ ਚੜ੍ਹਨਾ ਪੈਣਾ ਬੜਾ ਔਖਾ ਕੀ ਕਰੀਏ ਹਾਂਜੀ ਜੀ ਜੇ ਤੁਹਾਨੂੰ ਅੱਜ ਦਾ ਮੇਰਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਕੱਲ੍ਹ ਅਸੀਂ ਜਾਣਾ ਵਾਪਸ ਅੰਮ੍ਰਿਤਸਰ
ਕੱਲ੍ਹ ਸਾਡੇ ਨੂੰ ਤੁਰ ਪੈਣਾ ਅਤੇ ਪਰਸੋਂ ਰਾਤ ਗਿਆਰਾਂ ਵਜੇ ਪੈਂਦਾ ਸਾਡੇ ਦਸ ਗਿਆਰਾਂ ਵਜੇ ਠੀਕ ਆ ਓਕੇ ਬਾਬਾ ਜੀ ਤੁਹਾਨੂੰ ਮੈਂ ਅੱਜ ਦਾ ਬੜਾ ਵਧੀਆ ਲੱਗਦਾ।